ਅੱਜ ਅਸੀਂ ਆਏ ਆ ਡਾਕਟਰ ਬਲਬੀਰ ਸਿੰਘ ਸ਼ਾਹ ਜੀ ਕੋਲ ਜੋ PMC ਪੰਜਾਬ ਮੈਡੀਕਲ ਕਾਉਂਸਲ ਦੇ ਬਾਰੇ ਬੜਾ ਚਿੰਤਿਤ ਰਹਿੰਦੇ ਨੇ ਔਰ ਉਸ ਦੇ ਵਿੱਚ ਕੀ ਸੁਧਾਰ ਹੋਣੇ ਚਾਹੀਦੇ ਹੈ ਜਾਂ ਕੀ ਰਿਕੁਆਇਰਮੈਂਟਸ ਹੈ ਉਹਦੇ ਬਾਰੇ ਅਕਸਰ ਇਹ ਮਤਲਬ ਚਿੰਤਾ ਆਪਣੀ ਜ਼ਾਹਿਰ ਕਰਦੇ ਰਹਿੰਦੇ ਹੈ ਅੱਜ ਅਸੀਂ ਇਹਨਾਂ ਦੇ ਵਿਚਾਰ ਸੁਣਾਂਗੇ ਅਸੀਂ ਪੰਜਾਬ ਸਕਰੀਨ ਵੱਲੋਂ ਇਹਨਾਂ ਦੇ ਵਿਚਾਰ ਸੁਣਨ ਲਈ ਇਹਨਾਂ ਕੋਲ ਆਏ ਹਾਂ ਮੈਂ ਡਾਕਟਰ ਬਲਬੀਰ ਸਿੰਘ ਸ਼ਾਹ ਰਿਟਾਇਰਡ ਮੈਡੀਕਲ ਸੁਪਰਡੈਂਟ ਦਯਾਨੰਦ ਮੈਡੀਕਲ ਕਾਲਜ ਐਕਸ ਮੈਂਬਰ ਪੰਜਾਬ ਮੈਡੀਕਲ ਕੌਂਸਲ ਅਤੇ ਐਕਸ ਚੇਅਰਮੈਨ ਪੰਜਾਬ ਮੈਡੀਕਲ ਕੌਂਸਲ ਅਕੈਡੈਮਿਕ ਸੈੱਲ ਮੈਂ ਅੱਜ ਜੋ ਪੰਜਾਬ ਮੈਡੀਕਲ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਹਨ ਉਹ ਬਿਲਕੁਲ ਹੀ ਗਲਤ ਅਤੇ ਅਨਐਥੀਕਲ ਤਰੀਕੇ ਨਾਲ ਹੋ ਰਹੀਆਂ ਹਨ ਇਹ ਚੋਣਾਂ 'ਚ ਵੋਟਾਂ ਚੁੱਕੀਆਂ ਜਾ ਰਹੀਆਂ ਹਨ ਵੋਟ ਕਲੈਕਸ਼ਨਸ ਹੁੰਦੀਆਂ ਨੇ ਜਦਕਿ ਕੋਈ 45,000 ਮੈਂਬਰ ਨੇ ਉਹਨਾਂ ਵਾਸਤੇ ਇੰਨੀਆਂ ਵੋਟਾਂ ਡਿਸਟ੍ਰੀਬਿਊਟ ਕਰਨੀਆਂ ਸਰਕਾਰ ਦਾ ਬਹੁਤ ਖਰਚਾ ਵੀ ਹੋ ਰਿਹਾ ਜਦੋਂ ਪੰਜਾਬ ਮੈਡੀਕਲ ਕੌਂਸਲ ਹੋਂਦ ਵਿੱਚ ਆਈ ਸੀ 1916 'ਚ ਉਦੋਂ ਬੜਾ ਵੱਡਾ ਦਾਇਰਾ ਸੀ ਇਹਦਾ ਪਿਸ਼ਾਵਰ ਤੋਂ ਲੈ ਕੇ ਦਿੱਲੀ ਤੱਕ ਅਤੇ ਕੁਝ 500-700 ਮੈਂਬਰ ਸਨ ਉਹਨਾਂ ਦੇ ਉਦੋਂ ਤਾਂ ਹੋ ਸਕਦਾ ਇਹ ਗੱਲ ਥੋੜ੍ਹੀ ਰੈਲੇਵੈਂਟ ਹੋਵੇ ਕਿ ਆਪਾਂ ਨੂੰ ਕਿਉਂਕਿ ਡਿਸਟੈਂਸ ਬੜੇ ਸੀ ਅਤੇ ਵੋਟਾਂ ਪਾਉਣੀਆਂ ਔਖੀਆਂ ਸੀ ਅਤੇ ਪੋਸਟਲ ਵੋਟਿੰਗ ਦੀ ਕੰਸੈਪਟ ਠੀਕ ਸੀ ਉਸ ਵੇਲੇ ਪਰ ਹੁਣ ਜਦੋਂ ਅਸੀਂ 44,000-45,000 ਹਾਂ ਤਕਰੀਬਨ ਹਰ ਡਿਸਟ੍ਰਿਕਟ 'ਚ 4,000-5,000 ਡਾਕਟਰ ਰਜਿਸਟਰਡ ਨੇ ਅਤੇ ਇਹਨੂੰ ਅਸੀਂ ਬਿਲਕੁਲ ਲੋਕਤੰਤਰ ਤਰੀਕੇ ਨਾਲ ਕਿਉਂ ਨਹੀਂ ਇਹਦੀ ਪੋਲਿੰਗ ਕਰਾ ਸਕਦੇ ਜਿਹੜੀ ਕਿ ਬੜੀ ਹੀ ਆਸਾਨ ਹੈ ਉਹਦੇ 'ਚ ਨਾ ਤਾਂ ਬਹੁਤਾ ਟਾਈਮ ਲੱਗੇਗਾ ਹੁਣ ਵੋਟਾਂ ਪੋਸਟ ਕਰਨ ਨੂੰ ਕੁਲੈਕਟ ਕਰਨ ਨੂੰ ਫਿਰ ਦੁਬਾਰਾ ਪੋਸਟ ਕਰਨ ਨੂੰ ਪੰਜਾਬ ਮੈਡੀਕਲ ਕੌਂਸਲ 'ਚ ਤਕਰੀਬਨ 2 ਮਹੀਨੇ ਲੱਗ ਰਹੇ ਹਨ ਉਹ ਕੰਮ 1 ਜਾਂ 2 ਹਫ਼ਤਿਆਂ 'ਚ ਖਤਮ ਹੋ ਸਕਦਾ ਹੈ ਇੱਕ ਡੇਟ ਸਾਰੇ ਜ਼ਿਲ੍ਹਿਆਂ 'ਚ ਮੁਕਰਰ ਕਰਕੇ ਕਿਉਂ ਨਾ ਵੋਟਾਂ ਸਿਵਲ ਸਰਜਨ ਦਫ਼ਤਰ ਵਿੱਚ ਪਾਈਆਂ ਜਾਣ ਅਤੇ ਉੱਥੇ ਹੀ ਉਹਨਾਂ ਦੀ ਕਾਊਂਟਿੰਗ ਹੋਵੇ ਅਤੇ ਸਿਵਲ ਸਰਜਨ ਸਾਹਿਬ ਨੂੰ ਅਸੀਂ ਉਸ ਪਾਰਟੀਕੁਲਰ ਡਿਸਟ੍ਰਿਕਟ ਦੇ ਰਿਟਰਨਿੰਗ ਆਫਿਸਰ ਬਣਾ ਦਈਏ ਵੋਟਾਂ ਕਾਊਂਟ ਹੋਣ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉੱਥੇ ਕੋਈ ਗਲਤ ਵੋਟਿੰਗ ਹੋ ਜਾਏ ਜਾਂ ਕੋਈ ਅਨਐਥੀਕਲ ਕੰਮ ਹੋਵੇ ਪਰ ਹੁਣ ਇਹਦੇ ਨਾਲ ਤਾਂ ਸਾਰੇ ਦਾ ਸਾਰਾ ਅਨਐਥੀਕਲ ਹੋ ਰਿਹਾ ਕੁਝ ਐਥੀਕਲ ਬੰਦੇ ਜਿਹੜੇ ਇਲੈਕਸ਼ਨ 'ਚ ਖੜ੍ਹੇ ਵੀ ਨੇ ਉਹ ਵਿਚਾਰੇ ਪਿੱਛੇ ਰਹਿ ਜਾਣਗੇ ਕਿਉਂਕਿ ਉਹਨਾਂ ਨੇ ਵੋਟਾਂ ਕਲੈਕਟ ਕਰਨ ਦਾ ਕੰਮ ਨਹੀਂ ਕਰਨਾ ਦੂਸਰੀ ਗੱਲ ਇਹ ਹੈ ਕਿ ਹੁਣ ਜਿਹੜੇ ਇਲੈਕਸ਼ਨ 'ਚ ਧੜੇਬਾਜ਼ੀ ਬੜੀ ਹੋ ਗਈ ਹੈ ਇੱਕ ਡਿਸਟ੍ਰਿਕਟ 'ਚੋਂ 8 ਬੰਦੇ ਖੜ੍ਹੇ ਨੇ ਦੂਸਰੇ 'ਚੋਂ 3 ਖੜ੍ਹੇ ਹੈ ਤੀਸਰੇ 'ਚੋਂ 2 ਖੜ੍ਹੇ ਹੈ ਅਤੇ ਇੱਕ ਇੱਕ ਬੰਦਾ ਹੋਰ ਡਿਸਟ੍ਰਿਕਟ 'ਚੋਂ ਜਿਵੇਂ ਬਠਿੰਡੇ 'ਚੋਂ 2 ਬੰਦੇ ਖੜ੍ਹੇ ਆ ਪਟਿਆਲੇ 'ਚੋਂ 2 ਬੰਦੇ ਖੜ੍ਹੇ ਆ ਅਤੇ ਬਾਕੀ ਡਿਸਟ੍ਰਿਕਟ ਨੂੰ ਪੰਜਾਬ ਦਿਆਂ ਨੂੰ ਕੋਈ ਰਿਪ੍ਰਜੈਂਟੇਸ਼ਨ ਨਹੀਂ ਤਾਂ ਮੈਂ ਲਿਖਿਆ ਸੀਗਾ ਕਿ ਉਹਨਾਂ ਨੂੰ ਪ੍ਰੋਪਰ ਰਿਪ੍ਰਜੈਂਟੇਸ਼ਨ ਦੇਣ ਨੂੰ ਅਸੀਂ ਕਿਉਂ ਨਾ ਇੱਕ ਮੈਂਬਰ ਹਰ ਡਿਸਟ੍ਰਿਕਟ ਵਿੱਚੋਂ ਅਤੇ ਇੱਕ ਮੈਂਬਰ ਇੱਕ ਮੈਡੀਕਲ ਕਾਲਜ ਵਿੱਚੋਂ ਚੁਣੀਏ ਤਾਂ ਕਿ ਹਰ ਡਿਸਟ੍ਰਿਕਟ ਦੀ ਰਿਪ੍ਰਜੈਂਟੇਸ਼ਨ ਹੋਵੇ ਫੋਰ ਐਗਜ਼ਾਮਪਲ ਜੇ ਕਿਧਰੇ ਕੋਈ ਡਿਸਟ੍ਰਿਕਟ 'ਚ ਕੋਈ ਬੰਦਾ ਅਨਐਥੀਕਲ ਪ੍ਰੈਕਟਿਸ ਕਰਦਾ ਤਾਂ ਉਸ ਡਿਸਟ੍ਰਿਕਟ ਦੇ ਰਿਪ੍ਰਜੈਂਟੇਟਿਵ ਨੂੰ ਹੀ ਪਤਾ ਹੋਏਗਾ ਕਿ ਉਹ ਪ੍ਰੈਕਟਿਸ ਚੰਗੀ ਕਰਦਾ ਜਾਂ ਮਾੜੀ ਕਰਦਾ ਹੈ ਫਿਰ ਤਰੀਕੇ ਨਾਲ ਪ੍ਰੈਕਟਿਸ ਕਰਦਾ ਜਾਂ ਕੋਈ ਕੰਮ 'ਚ ਅਣਗਹਿਲੀ ਕਰਦਾ ਦੂਸਰਾ ਬੰਦਾ ਜਿਹੜਾ ਉੱਥੋਂ 200 ਕਿਲੋਮੀਟਰ 'ਤੇ ਬੈਠਾ ਹੈ ਤਾਂ ਉਹਨੂੰ ਉਹਦੇ ਬਾਰੇ ਕੁਛ ਵੀ ਨਹੀਂ ਪਤਾ ਹੋਣਾ ਇਸ ਕਰਕੇ ਇਹਨੂੰ ਡੀਸੈਂਟਰਲਾਈਜ਼ ਕਰਨਾ ਬਹੁਤ ਹੀ ਜ਼ਰੂਰੀ ਹੋ ਗਿਆ ਹੈ ਜੇ ਅਸੀਂ ਇਹਨੂੰ ਐਥੀਕਲ ਬੋਡੀ ਬਣਾਉਂਦੇ ਹਾਂ ਮੈਂ ਬੜੇ ਸ਼ਰਮ ਵਾਲੀ ਗੱਲ ਹੈ ਕਿ ਮੈਡੀਕਲ ਕਾਲਜ ਅਤੇ ਡਾਕਟਰੀ ਨੂੰ ਰੈਗੂਲੇਟ ਕਰਨ ਵਾਲੀ ਬੋਡੀ ਪੰਜਾਬ ਮੈਡੀਕਲ ਕੌਂਸਲ ਜਿਹੜੀ ਕਿ ਸਾਡੀ ਐਥਿਕਸ ਦੀ ਕਸਟੋਡੀਅਨ ਹੈ ਇਹ ਹਰ ਡਾਕਟਰ ਵਾਸਤੇ ਇੱਕ ਰਿਲੀਜੀਅਸ ਪਲੇਸ ਵਾਂਗੂ ਹੈ ਜਿੱਥੋਂ ਕਿ ਸਾਨੂੰ ਸਿੱਖਿਆ ਮਿਲਣੀ ਹੈ ਜਿੱਥੋਂ ਕਿ ਸਾਨੂੰ ਉਤਸ਼ਾਹ ਮਿਲਣਾ ਹੈ ਜਿੱਥੋਂ ਕਿ ਸਾਨੂੰ ਐਥੀਕਲ ਅਤੇ ਫੇਅਰ ਪ੍ਰੈਕਟਿਸ ਕਰਨ ਦੇ ਹੁਕਮ ਮਿਲਣੇ ਨੇ ਜੇ ਉਹੀ ਬੋਡੀ ਚੁਣੀ ਹੀ ਅਨਐਥੀਕਲ ਤਰੀਕੇ ਨਾਲ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹਦਾ ਪਰਪਸ ਸਰਵ ਹੋਊਗਾ ਤਾਂ ਮੇਰੀ ਮਿਨਿਸਟਰੀ ਨੂੰ ਹੈਲਥ ਮਿਨਿਸਟਰੀ ਨੂੰ ਚੀਫ ਮਿਨਿਸਟਰ ਸਾਹਿਬ ਨੂੰ ਅਤੇ ਹੋਰ ਲੋਕਾਂ ਨੂੰ ਇਹ ਰਿਕੁਐਸਟ ਹੈ ਕਿ ਇਹ ਢਾਂਚਾ ਇਲੈਕਸ਼ਨ ਦਾ ਬਦਲਿਆ ਜਾਵੇ ਹਰ ਡਿਸਟ੍ਰਿਕਟ 'ਚੋਂ ਰਿਪ੍ਰਜੈਂਟੇਸ਼ਨ ਹੋਵੇ
ਤੇ ਉਹਦੇ ਵਿੱਚੋਂ ਹੀ ਤੁਸੀਂ ਪੰਜਾਬ ਮੈਡੀਕਲ ਕੌਂਸਲ ਦਾ ਪ੍ਰਧਾਨ ਚੁਣ ਲਓ। ਹੁਣ ਇੱਕ ਪ੍ਰਥਾ ਹੋਰ ਹੈ ਕਿ ਉਹ ਕੁਝ ਨੋਮੀਨੇਟਡ ਮੈਂਬਰ ਲੈਂਦੇ ਨੇ। ਨੋਮੀਨੇਟਡ ਮੈਂਬਰ ਕਿਵੇਂ ਹੁੰਦੇ ਆ ਕਿ ਹਰ ਪੋਲੀਟੀਕਲ ਬਾਡੀ ਦਾ ਬੰਦਾ ਜਿਹਦੀ ਉਹਦੇ ਨਾਲ ਅਕੁਆਇੰਟੈਂਸ ਹੁੰਦੀ ਆ ਉਹਨੂੰ ਉਹ ਚੁੱਕ ਕੇ ਨੋਮੀਨੇਟਡ ਮੈਂਬਰ ਬਣਾ ਦਿੰਦੇ ਹਨ, ਇਰਰਿਸਪੈਕਟਿਵ ਆਫ ਦਿਸ ਕਿ ਉਹ ਬੰਦਾ ਕਿੰਨਾ ਕੁ ਐਥੀਕਲ ਹੈ, ਕਿੰਨਾ ਕੁ ਉਹ ਵਧੀਆ ਕੰਮ ਕਰੂਗਾ। ਕਿਉਂ ਨਾ ਇੱਕ ਪੈਨਲ ਬਣ ਜਾਵੇ 8-10 ਡਾਕਟਰਾਂ ਦਾ, ਜਿਹਦੇ ਵਿੱਚ ਸਭ ਸੂਝਵਾਨ ਰਿਟਾਇਰਡ ਡਾਕਟਰ ਜਾਂ ਕੁਝ ਰਿਟਾਇਰਡ ਜੱਜ ਵੀ ਹੋ ਸਕਦੇ ਆ ਜਾਂ ਹੋਰ ਸੋਸ਼ਲ ਬੰਦੇ ਹੋ ਸਕਦੇ ਆ, ਉਹ ਬੰਦੇ ਇਕੱਠੇ ਹੋ ਕੇ ਇੱਕ ਪੈਨਲ ਨਾਲ ਇੰਟਰਵਿਊ ਲੈਣ ਉਹਨਾਂ ਬੰਦਿਆਂ ਦੀ ਜਿਹੜੇ ਬੰਦੇ ਕਿ ਇਹਦੇ ਐਲੀਜੀਬਲ ਹੋਣ, ਐਲੀਜੀਬਲ ਕ੍ਰਾਈਟੀਰੀਆ ਉਹਨਾਂ ਦਾ ਬਣਾ ਦਿੱਤਾ ਜਾਵੇ, ਉਹਦੇ ਵਿੱਚ ਉਹਨਾਂ ਦਾ ਐਥੀਕਲ ਸਟੇਟਸ, ਕਿੰਨੀਆਂ ਕੁ ਉਹਨਾਂ ਦੀਆਂ ਪਬਲੀਕੇਸ਼ਨ ਹੋਈਆਂ, ਉਹਨਾਂ ਨੇ ਕਿੰਨੀ ਪੜ੍ਹਾਈ ਕੀਤੀ ਜਾਂ ਕਿਸੇ ਮੈਡੀਕਲ ਕਾਲਜ ਨਾਲ ਤਲਕ ਹੈ, ਤਾਂ ਉਹਦੇ ਵਿੱਚੋਂ ਨੋਮੀਨੇਟ ਕਰਕੇ ਬੰਦੇ ਚੁਣੇ ਜਾਣ। ਦੂਸਰੀ ਗੱਲ ਇਹ ਹੈ ਕਿ 45,000 ਦੀ ਬਾਡੀ ਦੇ ਵਿੱਚ ਹਰ ਇਲੈਕਸ਼ਨ ਤੋਂ ਬਾਅਦ ਪੰਜਾਬ ਮੈਡੀਕਲ ਕੌਂਸਲ 'ਚ ਉਹੀ ਬੰਦੇ ਦੁਬਾਰਾ ਆਈ ਜਾਂਦੇ ਹਨ ਜਿਹੜੇ ਕਿ ਇੰਡੀਅਨ ਮੈਡੀਕਲ ਕੌਂਸਲ 'ਤੇ ਉੱਤੇ ਵੀ ਆਪਣਾ ਹੋਣ ਆਪਣੀ ਧਾਕ ਜਮਾਈ ਬੈਠੇ ਹਨ। ਉਹਨਾਂ 'ਚੋਂ ਬੰਦੇ ਕੁਝ ਜਾ ਕੇ ਪੰਜਾਬ ਮੈਡੀਕਲ ਕੌਂਸਲ ਵਿੱਚ ਵੜ ਜਾਂਦੇ ਹਨ। ਅਤੇ ਇਸ ਚੀਜ਼ ਨੂੰ ਖਤਮ ਕਰਨ ਦਾ ਵੀ ਇਹੀ ਤਰੀਕਾ ਹੈ ਕਿ ਇਸ ਮੋਨੋਪਲੀ ਨੂੰ ਕਿਵੇਂ ਨਾ ਕਿਵੇਂ ਤੋੜਿਆ ਜਾਵੇ। ਜਿੰਨਾ ਚਿਰ ਇਹ ਮੋਨੋਪਲੀ ਨਹੀਂ ਟੁੱਟੂਗੀ ਉਨਾ ਚਿਰ ਪੰਜਾਬ ਮੈਡੀਕਲ ਕੌਂਸਲ ਦੀਆਂ ਸਰਵਿਸਿਜ਼ ਐਥੀਕਲ ਨਹੀਂ ਹੋ ਸਕਦੀਆਂ। ਮੈਂ ਇੱਕ ਵਾਰੀ ਫਿਰ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਹਾਂ ਕਿ ਮੰਤਰੀ ਸਾਹਿਬ, ਆਉਣ ਵਾਲੀ ਜਨਰੇਸ਼ਨ ਤੁਹਾਨੂੰ ਦੁਆ ਦਊਗੀ ਅਤੇ ਤੁਸੀਂ ਇੱਕ ਹਿਸਟਰੀ ਵਿੱਚ ਆਪਣਾ ਨਾਮ ਲਿਖ ਜਾਓਗੇ ਜੇ ਅੱਜ ਤੁਸੀਂ ਪੰਜਾਬ ਮੈਡੀਕਲ ਕੌਂਸਲ ਦਾ ਕੋਈ ਸੁਧਾਰ ਕੀਤਾ, ਤਾਂ ਆਉਣ ਵਾਲੇ ਡਾਕਟਰਾਂ ਦੀ ਨਸਲ ਤੁਹਾਨੂੰ ਤੈਅ ਉਮਰ ਯਾਦ ਰੱਖੂਗੀ। ਜੇ ਦੂਸਰੀਆਂ ਸਟੇਟਸ ਦਾ ਅਨਐਥੀਕਲ ਕੌਂਸਲ ਦਾ ਸਵਾਲ ਹੈ, ਮੈਨੂੰ ਉਹਦੇ ਬਾਰੇ ਬਹੁਤੀ ਜਾਣਕਾਰੀ ਤਾਂ ਨਹੀਂ, ਪਰ ਮੈਨੂੰ ਲੱਗਦਾ ਕਿ ਉੱਥੇ ਵੀ ਇਸੇ ਤਰ੍ਹਾਂ ਦੇ ਮੋਨੋਪਲੀ ਐਟੀਚਿਊਡ ਜਾਂ ਧੜੇਬੰਦੀ ਚੱਲਦੀ ਹੋਵੇਗੀ। ਉਹ ਸਾਰੀਆਂ ਸਟੇਟ ਵਾਸਤੇ ਇੱਕੋ ਹੀ ਇੱਕ ਤਰੀਕਾ ਹੈ ਕਿ ਅਸੀਂ ਇਹਨੂੰ ਪੂਰੇ ਡੈਮੋਕ੍ਰੈਟਿਕ ਤਰੀਕੇ ਨਾਲ ਚੁਣੀਏ ਅਤੇ ਡੈਮੋਕ੍ਰੈਟਿਕ ਤਰੀਕੇ ਨਾਲ ਇਹ ਮੈਂਬਰ ਬਣਨ। ਮੈਂ ਤਾਂ ਇਹ ਕਹੂੰਗਾ ਕਿ ਪੰਜਾਬ ਨੂੰ ਇਸ ਵਿੱਚ ਲੀਡ ਲੈਣੀ ਚਾਹੀਦੀ ਹੈ ਤਾਂ ਕਿ ਬਾਕੀ ਸੂਬਿਆਂ ਨੂੰ ਵੀ ਪਤਾ ਲੱਗੇ ਕਿ ਪੰਜਾਬ ਇੱਕ ਸਟੇਟ ਹੈ ਜਿਹਦੇ ਤੋਂ ਐਥੀਕਲ ਬਾਡੀ ਬਣੀ ਔਰ ਰਿਪ੍ਰਜੈਂਟੇਸ਼ਨ ਉਹਦੀ ਸਾਰੇ ਡਿਸਟ੍ਰਿਕਟ ਤੋਂ ਆਈ। ਮੈਂ ਅੱਜ ਇੱਕ ਇਸ ਅਨਐਥੀਕਲ ਪ੍ਰੈਕਟਿਸ ਦੇ ਉੱਤੇ ਇੱਕ ਆਪਣੀ ਛੋਟੀ ਜਿਹੀ ਕਵਿਤਾ ਭੇਟ ਕਰਨਾ ਚਾਹੁੰਦਾ। ਹੱਕ ਸੱਚ ਨੂੰ ਜੇ ਸਵੀਕਾਰ ਨਾ ਕਰੇ ਇਹ ਦੁਨੀਆ, ਹੱਕ ਸੱਚ ਨੂੰ ਜੇ ਸਵੀਕਾਰ ਨਾ ਕਰੇ ਇਹ ਦੁਨੀਆ, ਖਤਮ ਹੋ ਜਾਏ ਇਹ ਦੁਨੀਆ, ਹੱਕ ਸੱਚ ਕਦੇ ਖਤਮ ਨਾ ਹੋਏ। ਦੁਨੀਆ ਜੇ ਇਨਸਾਫ਼ ਤੋਂ ਮੂੰਹ ਮੋੜੇ, ਦੁਨੀਆ ਜੇ ਇਨਸਾਫ਼ ਤੋਂ ਮੂੰਹ ਮੋੜੇ ਤਾਂ ਹਾਰ ਦੁਨੀਆ ਦੀ ਹੋਵੇ, ਹੱਕ ਸੱਚ ਦੀ ਨਹੀਂ। ਜਿਸਨੇ ਫੈਸਲਾ ਕੀਤਾ ਹੱਕ ਸੱਚ ਵਿੱਚ ਰਹਿਣ ਦਾ, ਜਿਸਨੇ ਫੈਸਲਾ ਕੀਤਾ ਹੱਕ ਸੱਚ ਵਿੱਚ ਰਹਿਣ ਦਾ, ਉਹ ਮਰਦਾ ਨਹੀਂ ਕਦੇ, ਚੜ੍ਹਦੀ ਕਲਾ ਵਿੱਚ ਉਹ ਕੁਰਬਾਨ ਹੈ ਹੋਵੇ, ਲੋਕਾਂ ਵੱਲੋਂ ਸਵੀਕਾਰਨਾ ਜਾਂ ਨਕਾਰਨਾ, ਲੋਕਾਂ ਵੱਲੋਂ ਸਵੀਕਾਰਨਾ ਜਾਂ ਨਕਾਰਨਾ ਨਹੀਂ ਕਸੋਟੀ ਸਫਲਤਾ ਦੀ, ਅਸੀਂ ਜਗਾਉਣਾ ਹੈ ਉਹ ਦੀਵਾ ਜਿਹੜਾ ਮੀਂਹ ਹਨੇਰੀ ਝੱਖੜ ਵਿੱਚ ਨਾ ਬੁਝੇ ਨਾ ਬੇਜਾਨ ਹੈ ਹੋਵੇ। ਲੱਖ ਕੋਸ਼ਿਸ਼ਾਂ ਸ਼ੈਤਾਨ ਕਰੇ, ਅਸੀਂ ਸਦੀਵੀ ਦੀਵਾ ਜਗਾਉਂਦੇ ਰਹਾਂਗੇ ਜਦ ਤੱਕ ਸਾਡਾ ਮਨਸੂਬਾ ਕਾਮਯਾਬ ਨਾ ਹੋਵੇ। ਮੇਰੀ ਪ੍ਰਾਰਥਨਾ ਇੱਕ ਵਾਰੀ ਫਿਰ ਮਨਿਸਟਰ ਸਾਹਿਬ ਨੂੰ ਹੈ ਕਿ ਉਹ ਇਸ ਅਨਐਥੀਕਲ ਪ੍ਰੈਕਟਿਸ ਨੂੰ ਤੋੜਨ ਤਾਂ ਕਿ ਇਤਿਹਾਸ ਜੋ ਲਿਖਿਆ ਜਾਏਗਾ ਉਹਨਾਂ ਦਾ ਨਾਂ ਸਾਰੀ ਉਮਰ ਲਈ ਇਸ ਨੂੰ ਤੋੜਨ ਵਿੱਚ ਲਿਖਿਆ ਜਾਵੇ।